ਅਸੀਂ ਆਉਂਦੇ ਹਾਂ ਜੀ, ਮਤਲਬ ਸੈਨੇਟਾਈਜ਼ਰ ਦਾ ਹੱਥ ਧੋਵੋ, ਇਹਦੇ ਨਾਲ ਡਿਟੋਲ ਨਾਲ ਹੱਥ ਧੋਵੋ, ਕਿਸੇ ਨੂੰ ਹੱਥ ਨਹੀਂ ਸੁੱਟਣਾ, ਅਤੇ ਦੂਰੋਂ ਫਤਿਹ ਬੁਲਾਉਣੀ ਆ। ਸਾਰੇ ਵਰਲਡ ਦੇ ਵਿੱਚ ਕੋਰੋਨਾ ਵਾਇਰਸ ਫੈਲ ਚੁੱਕਾ ਹੈ, ਕੋਰੋਨਾ ਦੇ ਬਚਾਅ ਵਾਸਤੇ ਆਪਾਂ ਸਾਰੇ ਰਲ ਮਿਲ ਕੇ ਹੰਭਲਾ ਮਾਰਨਾ ਹੈ। ਆਪਣਾ ਵਿਚਾਰ ਆਪੇ ਹੀ ਕਰਨਾ ਭਾਈ, ਕਿਸੇ ਦੇ ਨਾਲ ਟੱਚ ਨਹੀਂ ਕਰਨਾ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਡਰ ਨਾਲ ਪੰਜਾਬ ਅੰਦਰ ਸ਼ਾਪਿੰਗ ਮਾਲ, ਰੈਸਟੋਰੈਂਟ, ਜਿਮ, ਸਕੂਲ, ਕਾਲਜ ਅਤੇ ਪਬਲਿਕ ਟਰਾਂਸਪੋਰਟ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ, ਉੱਥੇ ਹੀ ਹੁਣ ਕੋਰੋਨਾ ਜਿਹੇ ਖਤਰਨਾਕ ਵਾਇਰਸ ਤੋਂ ਬਚਣ ਲਈ ਲੋਕਾਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਉਪਦੇਸ਼ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਅਜਿਹਾ ਇਸ ਲਈ ਕਿਉਂਕਿ ਗੁਰਦਾਸਪੁਰ ਦੇ ਪਿੰਡ ਹੇਮਰਾਜਪੁਰ ਦੇ ਗੁਰਦੁਆਰਾ ਸਾਹਿਬ 'ਚ ਪਾਠੀ ਸਿੰਘ ਵੱਲੋਂ ਸਵੇਰੇ ਸ਼ਾਮ ਅਨਾਊਂਸਮੈਂਟ ਕਰਕੇ ਲੋਕਾਂ ਨੂੰ ਇੱਕ ਦੂਜੇ ਨਾਲ ਹੱਥ ਮਿਲਾਉਣ ਦੀ ਥਾਂ ਦੂਰੋਂ ਦੂਰੋਂ ਹੀ ਫਤਿਹ ਬੁਲਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਜੇ ਨਹੀਂ ਯਕੀਨ ਤਾਂ ਗੁਰਦੁਆਰਾ ਸਾਹਿਬ 'ਚ ਹੋ ਰਹੀ ਅਨਾਊਂਸਮੈਂਟ ਤੁਸੀਂ ਆਪ ਹੀ ਸੁਣ ਲਓ। ਵਾਹਿਗੁਰੂ ਜੀ ਕੀ ਫਤਿਹ। ਸੋ ਨਗਰ ਨਿਵਾਸੀ ਮਹਾਰਾਜਪੁਰ ਦੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਾਰੇ ਵਰਲਡ ਦੇ ਵਿੱਚ ਕੋਰੋਨਾ ਵਾਇਰਸ ਫੈਲ ਚੁੱਕਾ ਹੈ। ਸੋ ਪੰਜਾਬ ਗੌਰਮੈਂਟ ਵੱਲੋਂ, ਕੈਪਟਨ ਸਾਹਿਬ ਵੱਲੋਂ ਪਿੰਡ ਪਿੰਡ ਟੀਮਾਂ ਭੇਜੀਆਂ ਜਾ ਰਹੀਆਂ ਹਨ ਕਿ ਆਪਾਂ ਕਿਸ ਤਰ੍ਹਾਂ ਬਚਾਅ ਕਰਨਾ ਹੈ ਭਾਈ ਕੋਰੋਨਾ ਵਾਇਰਸ ਤੋਂ। ਤੋ ਇਹ ਜੋ ਭਗਵਾਨ ਬਚਾਅ ਕਰਨਾ ਹੈ ਉਹ ਅਸੀਂ ਆਪਣਾ ਬਚਾਅ ਆਪ ਵੀ ਕਰਨਾ ਹੈ ਭਾਈ। ਤੋ ਭੀੜ ਵਾਲੀਆਂ ਜਿਹੜੇ ਇਲਾਕੇ ਹਨ ਉਸ ਵਿੱਚ ਨਹੀਂ ਜਾਣਾ, ਕਿਸੇ ਨੂੰ ਹੱਥ ਨਹੀਂ ਮਿਲਾਉਣਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਨੋਂ ਮਿਲਾ ਕੇ ਉੱਚੀ ਆਵਾਜ਼ ਵਿੱਚ ਦਸੇ ਪਾਤਸ਼ਾਹ ਦਾ ਜੋ ਜਕਾਰਾ ਹੈ ਬੁਲੰਦ ਕਰਨਾ ਹੈ ਭਾਈ। ਤੋ ਗੰਦਗੀ ਵਿੱਚ ਨਹੀਂ ਜਾਣਾ, ਭੀੜ ਵਾਲੀਆਂ ਜਗ੍ਹਾ 'ਚ ਨਹੀਂ ਜਾਣਾ, ਗੱਡੀਆਂ ਵਿੱਚ ਸਫ਼ਰ ਨਹੀਂ ਕਰਨਾ। ਇਹ ਇੱਕ ਬਚਾਅ ਦੇ ਤਰੀਕੇ ਹਨ ਭਾਈ। ਤੋ ਸੈਨੇਟਾਈਜ਼ਰ ਜੋ ਹੈ, ਦਵਾਈ ਡਿਟੋਲ, ਉਹ ਵਾਰ ਵਾਰ ਹੱਥਾਂ ਨੂੰ ਮਲਣਾ ਹੈ, ਡਿਟੋਲ ਦੇ ਨਾਲ ਹੱਥ ਧੋਣੇ ਹਨ। ਸੋ ਇਹ ਬੇਨਤੀ ਹੈ ਭਾਈ, ਇਹ ਬਿਮਾਰੀ ਜਿਹੜੀ ਹੈ ਲਾ ਇਲਾਜ ਹੈ। ਸੋ ਆਪਣਾ ਇਲਾਜ ਆਪ ਹੀ ਕਰਨਾ ਹੈ। ਸੋ ਇਹ ਬੇਨਤੀ ਆ ਪ੍ਰਵਾਨ ਕਰਨੀ ਹੈ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਕੋਰੋਨਾ ਵਾਇਰਸ ਫੈਲ ਚੁੱਕਾ ਹੈ, ਇਸ ਦੇ ਬਚਾਅ ਵਾਸਤੇ ਭਾਈ ਆਪਾਂ ਸਵੇਰੇ ਵੀ ਅਨਾਊਂਸਮੈਂਟ ਕਰਦੇ ਹਾਂ ਸੰਗਤਾਂ ਨੂੰ, ਅਤੇ ਸ਼ਾਮਾਂ ਨੂੰ ਵੀ ਅਨਾਊਂਸਮੈਂਟ ਕਰਦੇ ਹਾਂ ਕਿ ਇਸ ਤੋਂ ਕਿਸ ਤਰ੍ਹਾਂ ਬਚਿਆ ਜਾਵੇ, ਭੀੜ ਵਾਲੇ ਇਲਾਕਿਆਂ 'ਚ ਨਾ ਜਾਵਿਆ ਜਾਵੇ। ਸੋ ਇਹ ਬੇਨਤੀ ਅਸੀਂ ਸਵੇਰੇ ਵੀ ਕਰਦੇ ਹਾਂ ਅਤੇ ਸ਼ਾਮ ਨੂੰ ਵੀ ਕਰਦੇ ਹਾਂ। ਤੋ ਮਹਾਰਾਜ ਕਿਰਪਾ ਕਰਨ ਇਹ ਸੰਗਤਾਂ ਨੂੰ ਤੰਦਰੁਸਤੀਆਂ ਬਖਸ਼ਣ। ਇਹ ਅਸੀਂ ਆਉਂਦੇ ਹਾਂ ਜੀ, ਮਤਲਬ ਸੈਨੇਟਾਈਜ਼ਰ ਦਾ ਹੱਥ ਧੋਵੋ, ਇਹਦੇ ਨਾਲ ਡਿਟੋਲ ਨਾਲ ਹੱਥ ਧੋਵੋ, ਕਿਸੇ ਨੂੰ ਹੱਥ ਨਹੀਂ ਸੁੱਟਣਾ, ਅਤੇ ਦੂਰੋਂ ਫਤਿਹ ਬੁਲਾਉਣੀ ਆ, ਇਹ ਬਚਾਅ ਹੈ। ਅਤੇ ਭੀੜ ਵਾਲਿਆਂ ਇਲਾਕਿਆਂ 'ਚ ਨਹੀਂ ਜਾਣਾ ਜਾਂ ਸਫ਼ਰ ਨਹੀਂ ਕਰਨਾ, ਗੰਦਗੀ ਵਾਲੇ ਇਲਾਕੇ ਦੇ ਵਿੱਚ ਨਹੀਂ ਜਾਣਾ, ਇਹੀ ਬਚਾਅ ਹੈ ਜੀ। ਡਰ ਸਾਡੇ 'ਤੇ ਅਜੇ ਤੱਕ ਕੋਈ ਨਹੀਂ ਹੈ, ਵੈਸੇ ਕੋਈ ਹੈਗਾ ਕੇਸ ਨਹੀਂ ਗਾ, ਪਰ ਫਿਰ ਵੀ ਅਸੀਂ ਆਪਣਾ ਬਚਾਅ ਆਪ ਹੀ ਕਰ ਰਹੇ ਹਾਂ ਜੀ। ਪਿੰਡ ਦੇ ਗੁਰਦੁਆਰਾ ਸਾਹਿਬ 'ਚ ਕੋਰੋਨੇ ਦੀ ਮਾਰ ਤੋਂ ਬਚਣ ਲਈ ਸਵੇਰੇ ਸ਼ਾਮ ਹੁੰਦੀ ਅਨਾਊਂਸਮੈਂਟ 'ਤੇ ਅਮਲ ਕਰਦਿਆਂ ਪਿੰਡ ਦੇ ਲੋਕਾਂ ਨੇ ਇੱਕ ਦੂਜੇ ਨੂੰ ਦੂਰੋਂ ਹੀ ਫਤਿਹ ਬੁਲਾਉਣੀ ਸ਼ੁਰੂ ਕਰ ਦਿੱਤੀ ਹੈ, ਅਤੇ ਲੋਕ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਨੇ। ਅਨਾਊਂਸਮੈਂਟ ਤਾਂ ਇਹੀ ਕੀਤੀ ਜਾਂਦੀ ਹੈ ਕਿ ਜੋ ਕੋਰੋਨਾ ਵਾਇਰਸ ਫੈਲ ਚੁੱਕਾ ਹੈ ਆਲ ਵਰਲਡ ਦੇ ਵਿੱਚ, ਇਸ ਦਾ ਇਲਾਜ ਤਾਂ ਅਜੇ ਤੱਕ ਕੋਈ ਨਹੀਂ ਲੱਭਾ, ਲੇਕਿਨ ਇਸ ਨੂੰ ਸਾਡੀ ਸਾਵਧਾਨੀਆਂ ਨਾਲ ਹੀ ਸਭ ਕੁਝ ਬਚਾਅ ਹੋ ਸਕਦਾ ਹੈ। ਜਿਵੇਂ ਕਿ ਆਪਾਂ ਮੂੰਹ ਦੇ ਵਿੱਚ ਆਪਣੇ ਮਾਸਕ ਪਾ ਕੇ ਜਾਂ ਆਪਣੇ ਹੱਥਾਂ ਨੂੰ ਵਾਰ ਵਾਰ ਧੋ ਕੇ, ਤਾਂ ਮਤਲਬ ਕਿਸੇ ਵੀ ਭੀੜ ਭਾੜ ਵਾਲੇ ਇਲਾਕੇ 'ਚ ਘੱਟ ਜਾਓ,
ਬਾਕੀ ਜਦੋਂ ਵੀ ਆਪਾਂ ਦੋ ਚਾਰ ਜਣੇ ਇਕੱਠੇ ਹੁੰਦੇ ਹਾਂ ਉਹਦੇ ਵਿੱਚ ਘੱਟੋ ਘੱਟ 1 ਮੀਟਰ ਦਾ ਫਾਸਲਾ ਬਣਾ ਕੇ ਰੱਖੋ। ਬਾਕੀ ਇਹ ਹੈ ਵੀ ਕੋਈ ਵੀ ਜ਼ਿਆਦਾ ਦਹਿਸ਼ਤ ਦਾ ਮਾਹੌਲ ਨਾ ਬਣਾਓ, ਕਿਉਂਕਿ ਜੋ ਸਿਹਤ ਵਿਭਾਗ ਵੱਲੋਂ ਸਾਨੂੰ ਮਿਲੀਆਂ ਵਾ ਸਹੂਲਤਾਂ ਮਿਲੀਆਂ, ਅਸੀਂ ਉਸੇ ਢੰਗ ਨਾਲ ਉਹਦੀ ਵਰਤੋਂ ਕਰੀਏ। ਜੇ ਕਿਸ ਨੂੰ ਲੋੜ ਜਿਹਨੂੰ ਪਤਾ ਲੱਗਦਾ ਹੈ ਵੀ ਕੋਈ ਹੈਗਾ ਤਾਂ ਉਹ ਜਾ ਕੇ ਆਪਣਾ ਚੈੱਕਅਪ ਕਰਾਓ, ਅਤੇ ਇਸ ਦਾ ਇਲਾਜ ਵੀ ਕੋਈ ਉਪਰਾਲਾ ਕਰਨਗੇ, ਕੋਈ ਨਾ ਕੋਈ ਡਾਕਟਰ ਸਾਹਿਬ ਕਰਨਗੇ। ਹਾਂ, ਕਈ ਵਾਰ ਹੁੰਦਾ ਵੀ ਐਵੇਂ ਅਫਵਾਹ ਫੈਲ ਜਾਂਦੀ ਹੈ ਵੀ ਉਹਨੂੰ ਹੋ ਗਿਆ ਜੀ, ਫਲਾਣੇ ਨੂੰ ਹੋ ਗਿਆ, ਦੂਜੇ ਨੂੰ ਹੋ ਗਿਆ, ਲੇਕਿਨ ਹੈ ਕੁਛ ਨਹੀਂ ਹੈ ਹਜੇ ਤੱਕ ਆਪਣੇ ਪੰਜਾਬ ਦੇ ਵਿੱਚ। ਇੱਕ ਹੀ ਵਿਅਕਤੀ ਨੂੰ ਹੈ, ਉਹ ਵੀ ਇਲਾਜ ਚੱਲ ਉਹ ਮਤਲਬ ਚੱਲ ਰਿਹਾ, ਜੇਕਰ ਨੈਗੇਟਿਵ ਆ ਗਿਆ ਤੁਹਾਨੂੰ ਛੁੱਟੀ ਮਿਲ ਜਾਣੀ ਆ। ਇਹ ਇੱਕ ਸਵੇਰੇ ਕੋਈ 6-6:30 ਵਜੇ ਕੀਤੀ ਜਾਂਦੀ ਹੈ, ਇੱਕ ਸ਼ਾਮ ਨੂੰ ਕੋਈ 7 ਵਜੇ ਦੇ ਕਰੀਬ ਰਹਿਰਸ ਦੇ ਟਾਈਮ 'ਤੇ ਕੀਤੀ ਜਾਂਦੀ ਹੈ। ਪਿੰਡ ਵਿੱਚ ਅਲੋਸਮੈਂਟ ਕੀਤੀ ਜਾਂਦੀ ਹੈ ਵੀ ਕਰੋਨਾ ਤੋਂ ਬਚਣਾ ਚਾਹੀਦਾ, ਇਹ ਬਹੁਤ ਜ਼ਰੂਰੀ ਹੈ। ਜਿੱਦਾਂ ਮਤਲਬ ਲੋਕਾਂ ਨੂੰ ਕਿਹਾ ਜਾਂਦਾ ਵੀ ਹੱਥ ਧੋ ਕੇ ਬਾਹਰੋਂ ਜੋ ਆਉਣਾ ਹੱਥ ਧੋ ਕੇ ਆਓ। ਬਾਕੀ ਇਹ ਹੈ ਵੀ ਜੋ ਖਾਂਸੀ ਬੁਖਾਰ ਵਾਲਾ ਕੋਈ ਵੀ ਮਤਲਬ ਸਖਸਤਾਂ ਨੂੰ ਲੱਭਦਾ ਉਹਨੂੰ ਜਾਂ ਤਾਂ ਇਹ ਕਹਿੰਦੇ ਹਾਂ ਵੀ ਆਪਾਂ ਲਾਗੋਂ ਡਿਸਪੈਂਸਰੀ ਤੋਂ ਦਵਾਈ ਲਓ ਜਾਂ ਕੁਛ ਵੀ ਕਰੋ, ਅਤੇ ਬਾਕੀ ਆਪਣਾ ਹੀ ਸੇਫਟੀ ਵਾਸਤੇ ਆਪ ਹੀ ਉਪਰਾਲਾ ਕਰਨਾ ਪਏਗਾ। ਹੋਰ ਕੋਈ ਇਹ ਸਵੇਰੇ ਕਰਦੇ ਹਾਂ ਆਪਾਂ, ਜੋ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਖੁੱਲ੍ਹਦੇ ਆ ਉਦੋਂ ਕਰਦੇ ਆ ਅਲੋਸਮੈਂਟ, ਅਤੇ ਉਸ ਤੋਂ ਬਾਅਦ ਸ਼ਾਮੀ ਜਦੋਂ ਰਹਿਰਾਸ ਹੁੰਦੀ ਹੈ ਤਾਂ ਵੀ ਅਲੋਸਮੈਂਟ ਹੁੰਦੀ ਆ। ਅਤੇ ਵਧੀਆ ਉਪਰਾਲਾ, ਵਧੀਆ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਵਧੀਆ। ਕੋਈ ਸਮਾਂ ਹੁੰਦਾ ਸੀ ਜਦ ਲੋਕ ਇੱਕ ਦੂਜੇ ਨੂੰ ਮਿਲਦੇ ਸੀ ਤਾਂ ਫਤਿਹ ਬੁਲਾਉਂਦੇ ਸੀ, ਪਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਲੋਕ ਫਤਿਹ ਬੁਲਾਉਣੀ ਛੱਡ ਇੱਕ ਦੂਜੇ ਨੂੰ ਹੈਲੋ ਹਾਏ ਕਰਨ ਲੱਗੇ ਅਤੇ ਹੱਥ ਮਿਲਾਉਣੇ ਸ਼ੁਰੂ ਕਰ ਦਿੱਤੇ। ਹੁਣ ਜਦੋਂ ਕੋਰੋਨਾ ਵਾਇਰਸ ਨੇ ਚਾਰੇ ਪਾਸੇ ਦਹਿਸ਼ਤ ਫੈਲਾ ਦਿੱਤੀ ਹੈ ਤਾਂ ਦੁਨੀਆ ਦੇ ਵੱਖ ਵੱਖ ਦੇਸ਼ਾਂ 'ਚ ਇਸ ਵਾਇਰਸ ਨਾਲ ਹਜ਼ਾਰਾਂ ਮੌਤਾਂ ਹੋ ਰਹੀਆਂ ਨੇ, ਤਾਂ ਉਹਨਾਂ ਪੰਜਾਬੀਆਂ ਨੇ ਫਿਰ ਤੋਂ 10 ਗੁਰੂਆਂ ਵੱਲੋਂ ਦਿੱਤੇ ਉਪਦੇਸ਼ਾਂ 'ਤੇ ਅਮਲ ਕਰਦਿਆਂ ਫਤਿਹ ਬੁਲਾਉਣੀ ਸ਼ੁਰੂ ਕਰ ਦਿੱਤੀ ਹੈ, ਜੋ ਜ਼ਮਾਨੇ ਦੇ ਨਾਲ ਨਾਲ ਇਹ ਭੁੱਲ ਗਏ ਸੀ ਕਿ ਉਹ ਕਿਸ ਧਰਮ 'ਚ ਪੈਦਾ ਹੋਏ ਨੇ ਅਤੇ ਸਿੱਖ ਧਰਮ 'ਚ 10 ਗੁਰੂਆਂ ਵੱਲੋਂ ਉਹਨਾਂ ਨੂੰ ਕਿਹੜੇ ਉਪਦੇਸ਼ ਦਿੱਤੇ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ। ਸੱਤ ਇਲਮਾਂ ਦੇ ਬੇਤਾਜ ਬਾਦਸ਼ਾਹ ਵਸ਼ੀਕਰਨ ਸਪੈਸ਼ਲਿਸਟ ਬਾਬਾ ਸਲੀਮ ਖਾਨ, ਹਰ ਸਮੱਸਿਆ ਦਾ ਫ੍ਰੀ ਚ ਕਰਾਓ ਸਮਾਧਾਨ ਕਾਲੇ ਇਲਮ ਦੁਆਰਾ। ਲਵ ਮੈਰਿਜ, ਪਤੀ ਪਤਨੀ ਚ ਅਣਬਣ, ਨੌਂ ਦਾ ਵਸ਼ੀਕਰਨ, ਵਿਦੇਸ਼ ਯਾਤਰਾ ਚ ਰੁਕਾਵਟ, ਸੌਧਨ ਦੁਸ਼ਮਣ ਤੋਂ ਛੁਟਕਾਰਾ, ਜਾਦੂ ਟੂਣੇ ਦਾ 100% ਗਰੰਟੀ ਨਾਲ ਕਰਾਓ ਖਾਤਮਾ, ਲਾਟਰੀ ਨੰਬਰ ਸਪੈਸ਼ਲਿਸਟ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ, 85295 47283।